ਅਸਰੀਕਾਲ ਜੀ, ਕੀ ਹਾਲ ਚਾਲ ਆ? ਮੈਂ ਕਿਹਾ ਗੁੱਡ ਮਾਰਨਿੰਗ ਅੱਜ ਛੱਡ ਦਈਏ, ਕਿਉਂਕਿ ਮੌਸਮ ਹੈਗਾ ਠੰਡ ਹੈ ਤੇ ਸਸਰੀਕਾਲ ਹੀ ਚੱਲੂਗੀ। ਘੈਂਟ ਗੱਡੀ ਤਿਆਰ ਪਰ ਤਿਆਰ, ਤੇ ਪਵਨਦੀਪ ਸਿੰਘ ਹੁਣੀ ਤਾਂ ਆਲਵੇਜ਼ ਤਿਆਰ ਰਹਿੰਦੇ ਆ, ਕਿਉਂਕਿ ਜਿੱਥੇ ਵੀ ਜਾਣਾ ਹੋਵੇ ਪਵਨਦੀਪ ਸਿੰਘ ਹੁਣੀ ਪਹਿਲਾਂ ਪੁੱਛਦੇ ਆ। ਮੈਂ ਪਹਿਲਾਂ ਜਾਣਾ ਉਸਤਾਦ ਘਰਦਿਆਂ ਨੇ ਇਹੀ ਸਿਖਾਇਆ ਸੀਗਾ, ਪਰ ਪਤਾ ਨਹੀਂ ਕੀ ਹੋ, ਜਦੋਂ ਪੜ੍ਹਦੇ ਪੜ੍ਹਦੇ ਦਿਮਾਗ ਹਿੱਲ ਗਿਆ, ਪੜ੍ਹਾਈ ਜ਼ਿਆਦਾ ਕਰ ਲਈ ਤਾਂ ਹਮੇਸ਼ਾ ਹੀ ਲੇਟ ਹੋਣ ਲੱਗ ਗਏ, ਇਹ ਚੱਕਰ ਪੈ ਗਿਆ। ਅਤੇ ਹੁਣ ਚੱਲੇ ਹੈਗੇ ਅੱਜ ਕਿੱਥੇ ਆਪਾਂ, ਉਹ ਵੀ ਸਰਪ੍ਰਾਈਜ਼ ਆ। ਅਤੇ ਉਹ ਤੋਂ ਪਹਿਲਾਂ ਗੱਡੀ ਸਟਾਰਟ ਕਰ, 10-12 ਦਿਨ ਮੀਂਹ ਦੱਸਿਆ ਆ, ਕੱਲ੍ਹ ਨੂੰ ਵੀ ਮੀਂਹ, ਪਰਸੋਂ ਨੂੰ ਥੋੜ੍ਹੀ ਧੁੱਪ ਨਿਕਲੂਗੀ, ਬੱਦਲ ਜਿਹਾ ਮਤਲਬ, ਅਤੇ ਉਹ ਤੋਂ ਬਾਅਦ ਹਫ਼ਤਾ ਮੀਂਹ ਆ ਲਗਾਤਾਰ। ਲਓ ਦੇਖੋ, ਲਓ ਨਜ਼ਾਰੇ ਵਿਊ ਦੇ। ਉਹ ਆ ਜਾ ਹੁਣ, ਆਇਓ ਰੱਬਾ, ਦੇਖਿਆ ਬੁਲਾਇਆ ਕਿਹਨੂੰ, ਆਵਾਜ਼ ਕਿੱਧਰੋਂ ਆਈ, ਆਹ ਚੀਜ਼ ਆ, ਸੁਣ ਲਿਆ ਤੁਸੀਂ, ਇੰਨੀ ਕਿੱਜਤ ਹੁੰਦੀ ਯਾਰਾਂ ਦੀ। ਚਲੋ ਚਲੀਏ, ਤੁਸੀਂ ਐਕਸਕਿਊਜ਼ ਸੁਣਿਓ ਇੱਧਰ, ਕੀ ਹੋਇਆ ਕੀ ਹੋਇਆ, ਨੈਕ ਜ਼ਿਆਦਾ ਆ ਗਿਆ, ਬੜੀ ਛੇਤੀ ਆ ਗਿਆ, ਤਿਆਰ ਹੋ ਗਏ ਤੁਸੀਂ, ਹੈ ਨਾ? ਟਾਈਮ ਦੇਖ ਲਾ, 10 ਮਿੰਟ ਹੋ ਗਏ ਮੈਨੂੰ ਗੱਡੀ ਸਟਾਰਟ ਕਰਕੇ ਖੜੇ ਨੂੰ। ਮੈਂ ਮੰਮੀ ਨਾਲ ਗੱਲ ਕਰਦਾ, ਨਾ ਗੱਲ ਕਰਦੀ ਸੀ, ਕੋਈ ਧਮਕੀ ਹਮੇਸ਼ਾ ਨਾ, ਪਤਾ ਕੁਛ ਕਹਿਣਾ ਨਹੀਂ। ਟੀਵੀ ਕਿਹੜਾ ਮਾਰ ਲਈਏ, ਕੱਦੂ ਸਹੀ ਹੋਈ ਜਾਂਦਾ ਕਿ ਨਹੀਂ? ਉਹ ਦੇਖੋ ਡੈਡੀ, ਤੂੰ ਤਾਂ ਉਹਦਾ ਵੀ ਸੀ ਸਟਾਫ ਵਾਲੀ ਆ। ਮਨ ਮਾਰ ਡੈਡੀ, ਸੁਣਨਾ ਨਹੀਂ, ਨਾ ਗਾਣੇ ਚੱਲਦੇ ਆ। ਚਲੋ ਚਲੋ, ਆ ਪਤਾ ਕਿੰਨਾ ਰਾਤ ਦਾ ਮੀਂਹ ਪਿਆ, ਸਾਰਾ ਖੇਤ 'ਚ ਪਾਣੀ ਮੀਂਹ ਦਾ ਹੀ ਆ। ਮੈਂ I am a senior officer, you please listen your language, okay? Listen your language. So, don't mind me, okay? Because I am a very, 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 very nervous man, okay? Good, take it. Okay. Talk to you every night. ਇੱਥੇ ਆ ਗਿਆ, ਕਹਿੰਦੇ BMS ਟੈਟੂ ਨਾਟ ਮੇਕ ਓਵਰ ਪੁਆਇੰਟ। ਆਪਾਂ ਮੇਨ ਟੈਟੂ ਬਣਾਉਣ ਆਏ ਹਾਂ, ਅਤੇ ਮੈਂ ਕਿਹਾ ਹੁਣ ਦੱਸ ਦਈਏ, ਇੱਥੇ ਨਾਲ ਪੁੱਜ ਗਏ ਆਪਾਂ। ਬੰਦ ਨੀ ਚੱਲਦੀ BMS ਟੈਟੂ, ਮੰਨ ਲਿਓ ਸੱਚ। ਅੱਛਾ, ਲੱਭ ਗਈ ਤੁਹਾਨੂੰ। ਬਹੁਤ ਹੁੰਦੀ ਰੋਣਾ ਤਾਂ ਨੀ ਲੱਗੀ ਰੋਣ? ਹਜੇ ਮੈਂ ਕਿਹਾ ਸੀ ਸੱਚੀ ਰੋਣ ਲੱਗ ਗਈ ਤੁਹਾਨੂੰ, ਹੈ ਛੁੱਟੀ ਕਰ ਦੇਣੀ ਸੀ ਨਾ, ਜੇ ਆਪਾਂ ਇੱਥੇ ਲੇਟ ਹੋ ਜਾਂਦੇ ਫਿਰ ਤਾਂ ਛੁੱਟੀ ਕਰਨੀ ਪੈਣੀ ਸੀ, ਜਿਹੜਾ ਪ੍ਰੋਮਿਸ ਕਰਤਾ ਇੱਕ ਵਾਰੀ ਉਹ ਪੂਰਾ ਹੋ ਗਿਆ। ਉਹ ਹੋ ਗਈ ਜਿੱਦਾਂ ਇੱਥੇ ਇੰਨੇ ਸਾਰੇ ਉਹ ਬਣੇ ਪੋਰਟਰੇਟ, ਦਰਦ ਤਾਂ ਨਹੀਂ ਹੋ ਰਹਾ? ਨਹੀਂ ਨਹੀਂ, ਮਦਦ ਕੋ ਦਰਦ ਨਹੀਂ ਹੋ ਰਹਾ। ਅਮਿਤਾਭ ਵਿੱਚ, ਅਮਿਤਾਭ ਵਿੱਚ ਨਾ ਜਾਂਦਾ ਮੇਰੇ ਤੇ ਦੋ ਸੈੱਟ ਆ ਬਾਈ, ਕਿੱਥੇ ਮੁੰਡਾ ਸਵੇਰੇ ਬਣਵਾ ਕੇ ਲੈ ਕੇ ਗਿਆ, ਉਹਨਾਂ ਨੇ ਬ੍ਰੇਕ ਲਈ ਸੀ, ਫਿਰ ਰੈਪ ਖਾਦਾ, ਫਿਰ ਹੁਣ ਦੁਬਾਰਾ ਸ਼ੁਰੂ ਹੋ ਗਿਆ। ਟੈਟੂ ਹੋਰ ਫਿਰ ਕਿਦਾਂ?
चलो कोई नहीं, घरे पता लगूगा ड्रीम की सी। मेनू डैडी को गाला पुगे, मम्मी को भी गाला। मम्मी ने पता की लगा सी इन्ना कि टैटू बनाना। मम्मी ने पता की लगे 295 रखना इतने लैजेंड 295। मम्मी आ नहीं पता सेगा। सो हुण ये हुण जाके पता लगूगा कि अज गाला पैनिया कि चपेड़ा भी नाल पऊगियां। हाँ जी, आ गड्डी लगदी पूरी ऑल राउंडर कि नहीं? बह जा बह जा, लै जा बिचों फड़ लैना। गड्डी यार बड़ी गंदी होंगी, मीह मूह चल बुरा हाल है यार। ਜਦੋਂ ਨੇ ਤੂੰ ਉਤਰਨਾ ਵੀ ਹੈ ਤਾਂ ਕੀ ਜੋ ਵਿਸ਼ਾਲ ਮਾਰ ਕੇ ਉਤਰਨਾ ਪੈਂਦਾ। ਕਹਿੰਦੇ ਮੀਂਹ ਫੇਰ ਹੋਣ ਲੱਗਾ। ਕਹਿੰਦੇ ਮੀਂਹ ਦਾ 10 ਦਿਨ ਆਊਗਾ, ਤੁਸੀਂ ਕਰ ਲਓ ਤੁਹਾਤੋਂ ਕੀ ਹੁੰਦਾ ਲੱਗੀ ਸਮਝ। ਇਹ ਸਮਝਾਵਾਂ ਕਈਆਂ ਨੇ ਸਾਨੂੰ ਉਦਾਂ ਹੀ ਕਮੈਂਟ ਕਰ ਦੇਣਾ ਲੈ ਕਿ ਕੰਮ ਇਹ ਕਿਹੜੇ ਕੰਮਾਂ ਚੋਂ ਕੰਮ ਆਈ ਇਹੋ। ਇੱਕ ਗੱਲ ਤੁਹਾਨੂੰ ਦੱਸਦੀ ਹੈ, ਮਤਲਬ ਇਹ ਸਿਰਫ ਸਾਡਾ ਹੀ ਨਹੀਂ ਕਹਿਣਾ ਹੈਗਾ, ਜਿੰਨੇ ਵੀ ਟੈਟੂ ਆਰਟਿਸਟ ਆ ਜਾਂ ਜਿਹੜੇ ਵੀ ਟੈਟੂ ਕਰਵਾਉਂਦੇ ਆ ਉਹਨਾਂ ਨੂੰ ਪਤਾ ਆ ਕਿ ਜਦੋਂ ਆਪਾਂ ਇੰਕ ਇੱਕ ਵਾਰ ਹੈ ਨਾ ਕਹਿੰਦੇ ਲਵਾ ਲੈਂਦੇ ਹਾਂ ਹਨਾ, ਫਿਰ ਆਪਾਂ ਨੂੰ ਨਾ ਨਸ਼ਾ ਹੈ ਉਹ ਹੋ ਜਾਂਦਾ ਹੈ ਕਿ ਆਪਾਂ ਹੋਰ ਬਣਵਾਈਏ ਹੋਰ ਬਣਵਾਈਏ ਇਹ ਕਰਕੇ। ਤੇ ਇੱਕ ਜਿਹੜਾ ਮੰਮੀ ਡੈਡੀ ਵਾਲਾ ਟੈਟੂ ਸੀਗਾ ਇਹ ਮੈਂ ਸੋਚਿਆ ਹੋਇਆ ਸੀਗਾ ਇਹ ਮੈਂ ਬਣਵਾਉਣਾ ਸੀਗਾ, ਤੇ ਬਾਕੀ ਜਿਹੜਾ ਸਿੱਧੂ ਵੀਰੇ ਵਾਲਾ ਆ ਉਹ ਮੈਂ ਸੋਚਿਆ ਹੋਇਆ ਸੀ ਉਹ ਤਾਂ ਪੱਕਾ ਉਹਦਾ ਹੀ ਬਣਾਉਣਾ ਸੀਗਾ ਲੈ। ਤੇ ਬਾਕੀ ਹਾਂਜੀ ਇਹ ਵਾਲਾ ਸੀਗਾ ਮੇਰਾ ਕੰਫਰਮ, ਕਿਉਂਕਿ ਲੈਜੈਂਡ ਸਾਡੀ ਹੁਣ ਬਾਂਹ ਤੇ ਲਿਖ ਹੋ ਗਿਆ ਸਾਨੂੰ ਸਾਰੀ ਉਮਰ ਯਾਦ ਰਹੂਗਾ। ਤੇ ਹਾਂ ਕੋਈ ਸਾਨੂੰ ਪੁੱਛੂਗਾ ਵੀ ਚਲੋ ਲੱਖ ਲੋ ਅੱਜ ਨਹੀਂ ਨਾ ਜੋ ਕੋ ਟੈਟੂ ਆ ਬਣਾਉਣੇ ਹੁੰਨੇ ਆ ਇਹਨਾਂ ਕੋਈ ਮੀਨਿੰਗ ਹੁੰਦਾ ਆ। ਕਿਉਂ ਨਾ ਕੋਈ ਬੰਦਾ ਆਪਾਂ ਨੂੰ ਪੁੱਛਦਾ ਹੁੰਦਾ ਵੀ ਯਾਰ ਤੁਸੀਂ ਕਾਹਤੇ ਬਣਾਇਆ ਹੋਣਾ ਲੈਜੈਂਡ ਲਿਖਿਆ ਸਾਡੀ ਬਾਂਹ ਤੇ। ਹੁਣ ਜਿਹੜੇ ਬੰਦੇ ਨੂੰ ਨਾ ਪਤਾ ਹੋਇਆ, ਵੈਸੇ ਤਾਂ ਆਲਮੋਸਟ ਕੋਈ ਹੋਊਗਾ ਹੀ ਨਹੀਂ ਬੰਦਾ ਜੇ ਨਹੀਂ ਪਤਾ ਰੱਖ ਲਓ, ਜਾਂ ਬਾਅਦ ਚ ਕੋਈ ਬੰਦਾ ਮਿਲਦਾ ਵੀ ਅੱਜ ਤੋਂ 6 ਸਾਲ 10 ਸਾਲ ਬਾਅਦ ਵੀ ਉਹ ਪੁੱਛੂਗਾ ਲੈਜੈਂਡ ਕਾਹਤੇ ਲਿਖਿਆ ਹੀ ਦੱਸਣ ਜੋਗੇ ਆ ਵੀ ਸਾਡਾ ਇੱਕ ਲੈਜੈਂਡ ਸੀ ਪੰਜਾਬ ਦਾ ਤੇ ਆਪਾਂ ਉਹਦਾ ਨਾਂ ਰੱਖਿਆ। ਉਹ ਤੁਸੀਂ ਸਰਚ ਮਾਰੋ। ਬਾਕੀ ਯਾਰ ਅਸੀਂ ਵੀ ਗੱਲ ਸੀ ਸਾਨੂੰ ਤਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਅਸੀਂ ਤਾਂ ਕੋਈ ਹੋਰ ਗਾਣਾ ਸੁਣ ਕੇ ਵੀ ਨਹੀਂ ਦੇਖਿਆ ਸੀਗਾ ਹਨਾ। ਗੱਡੀ ਚ ਸਾਡੇ ਉਦੋਂ ਦਾ ਵੀ ਇਹੀ ਚੱਲਦਾ, ਸਾਡੇ ਪਹਿਲਾਂ ਤੋਂ ਵੀ ਇਹੀ ਚੱਲਦਾ ਹਨਾ, ਇਹ ਇਹੀ ਚੱਲਣਾ ਵਾ, ਇਹੀ ਚੱਲਦੇ ਰਹਿਣੇ ਆ ਤੇ ਬਾਕੀ ਸਾਰਾ ਚੱਲਦੇ ਆ। ਬਿਲਕੁਲ ਦਿਲ ਦਾ ਰਿਸ਼ਤਾ ਹੈ ਬਾਬੂ ਭਈਆ। ਬਾਬੂ ਭਈਆ ਐਸਾ ਨਹੀਂ ਸੋਚਨੇਗਾ, ਇੱਧਰ ਕਿਹਾ ਮੈਂ ਦਿਲ ਦਾ ਰਿਸ਼ਤਾ ਹੈ ਬਾਬੂ ਭਈਆ। ਤੇ ਬਾਕੀ ਹੁਣ ਆਪਾਂ ਨਵਾਂ ਸ਼ਹਿਰ ਚੱਲੇ ਆ। ਹਾਂਜੀ ਹੁਣ ਨਵਾਂ ਸ਼ਹਿਰ ਕੱਲਣਾ ਕੰਮ ਹੀ ਕਰਨਾ ਰਹਿੰਦਾ ਹੈ। दिमाग चल सकता ਪਹਿਲਾਂ ਨਾ ਇੱਕ ਗੱਲ ਮੈਂ ਹੋਰ ਦੱਸਾਂ, ਪਹਿਲਾਂ ਮੈਂ ਇੱਥੇ ਨਾਮ ਸੋਚਿਆ ਸੀਗਾ ਮੰਮੀ ਹੁਣਾਂ ਦੇ ਕਿ ਮੈਂ ਨਾਮ ਲਿਖਾਉਂਗੀ ਏਦਾਂ, ਪਰ ਫਿਰ ਨਾਮ ਨਾਲ ਤਾਂ ਪੇਨ ਬਹੁਤ ਹੋਣੀ ਸੀ ਤੇ 4 ਨਾਮ ਲਿਖਾਣੇ ਸੀ ਸੌਖਾ ਥੋੜਾ ਸੀ ਹਨਾ ਮੰਮੀ, ਫਿਰ ਤਾਂ ਕਰਕੇ ਮੈਂ ਸੋਚਿਆ ਆਪਾਂ ਓਵਰਟੇਕ ਕਰਦੇ ਪਏ ਆ ਤੇ ਯੈਸ ਤੇ ਤਾਂ ਕਰਕੇ ਫਿਰ ਮੈਂ ਏਦਾਂ ਸੋਚਿਆ ਮੋਮ ਡੈਡ ਚ ਮੰਮੀ ਡੈਡੀ ਇਧਰੋਂ ਵੀ ਮੰਮੀ ਡੈਡੀ ਉਧਰੋਂ ਵੀ ਚਾਰੇ ਜਣੇ ਆ ਗਏ। ਕਨਵਰਟ ਕਰ ਦਿੱਤੇ ਕਰਨ ਨਹੀਂ ਚਾਰੋ ਵੀ ਮੈਂ ਨਾ ਨੀਚੇ ਲਿਖਵਾਉਣ ਲੱਗੀ ਸੀ ਜਿੱਦਾਂ ਮੋਮ ਲਿਖਿਆ ਆ ਮੋਮ ਦੇ ਨੀਚੇ ਲਿਖਾਉਣ ਲੱਗੀ ਸੀ ਆਰ ਏ ਮਤਲਬ ਕਿ ਉਧਰਲੀ ਮੰਮੀ ਦਾ ਨਾਮ ਤੇ ਇਧਰਲੀ ਮੰਮੀ ਦਾ ਨਾਮ ਤੇ ਡੈਡ ਦੇ ਥੱਲੇ ਲਿਖਾਉਣ ਲੱਗੀ ਸੀ ਕਿ ਐਮ ਜੀ ਠੀਕ ਆ ਤੇ ਇਧਰਲੇ ਡੈਡੀ ਦਾ ਨਾਮ ਤੇ ਉਧਰਲੇ ਡੈਡੀ ਦਾ ਨਾਮ। ਉਹਨਾਂ ਨੇ ਕਹਿੰਦੇ ਲੈ ਇਹ ਕੋ ਕੰਪਨੀ ਆ, ਫਿਰ ਉਹਨਾਂ ਨੇ ਵੀ ਫਿਰ ਬਾਜੀ ਨੇ ਵੀ ਕਿਹਾ ਤਾਂ ਬਾਜੀ ਕਹਿੰਦੇ ਇਧਰ ਰਹਿ ਤੂੰ ਜੱਚਣਾ ਨਹੀਂ ਹੈ, ਇਹ ਕੰਪਨੀ ਬਣੀ ਆ ਆਰ ਏ ਐਮ ਜੀ ਕੀ ਬਣਿਆ ਆਰ ਏ ਐਮ ਜੀ ਕੰਪਨੀ ਆ ਕਿਹੜਾ ਇਹ ਚੱਕਰ ਪੈਂਦਾ। ਮੈਂ ਇਦਾਂ ਹੀ ਲਿਖਾਉਣ ਲੱਗੀ ਸੀ ਪਹਿਲਾਂ ਆਰ ਐਮ ਜੀ ਏ ਰਮਜਾ ਲਿਖਾਉਣ ਲੱਗੀ ਸੀ ਕਹਿੰਦਾ ਕੁਛ ਵੀ। ਹਾਂਜੀ ਤੇ ਅਸੀਂ ਨਾ ਹੁਣ ਨਵਾਂ ਸ਼ਹਿਰ ਤਾਂ ਆ ਗਏ ਸੀ ਬਟ ਆਪਾਂ ਟਿਕਟਸ ਦਾ ਪੁੱਛਣ ਗਏ ਸੀ, ਉੱਥੇ ਗੱਲ ਬਣੀ ਹੈਗੀ ਟਿਕਟਸ ਸਨ ਚਾਹੀਦੀਆਂ ਆ ਇੱਕ ਦੋ ਦਿਨਾਂ ਚ ਜ਼ਰੂਰੀ ਜਲਦੀ ਚਾਹੀਦੀ ਹੈ ਜਲਦੀ ਵੀ ਤੇ ਹੁਣ ਆਪਾਂ ਘਰੇ ਜਾ ਕੇ ਕੋਸ਼ਿਸ਼ ਕਰਾਂਗੇ ਜਾਂ ਫਿਰ ਉੱਧਰ ਕਿਸੇ ਤੋਂ ਕਰਵਾਵਾਂਗੇ ਹਨਾ ਜਾਂ ਫਿਰ ਆਪਾਂ ਆਪ ਟਰਾਈ ਕਰਦੇ ਆ ਆਨਲਾਈਨ ਬੁਕਿੰਗ ਦੀ। ਮੈਂ ਹੀ ਕਰੂੰਗਾ ਟਰਾਈ ਵੈਸੇ ਤਾਂ ਮੈਂ ਜੇ ਨਾ ਹੀ ਗੱਲ ਬਣੀ ਤਾਂ ਫਿਰ ਗੱਲ ਆਉਂਦੀ ਹੈ। ਕ੍ਰੈਡਿਟ ਨਾ ਲੈ ਜਵੇ ਕਿਤੇ ਕਿ ਮੈਂ ਕਹਿ ਦਿੱਤਾ ਸੀ ਆਪ ਟਰਾਈ ਕਰ ਸੀ ਦਾ ਮੈਂ ਕਿਹਾ ਹੀ ਨਹੀਂ ਤੈਨੂੰ ਉਹਦਾ ਕੀ ਇਹ ਦੱਸ ਮੈਨੂੰ ਉਹਦਾ ਕੁਝ ਇਦਾਂ ਦਾ ਇੱਕ ਜੀਵ ਜਿਆਦਾ ਇਦਾਂ ਕੀਤੀ ਹੋਵੇ
चलो हुण आपां घरे चलिए घरे जाके फिर गालां खाइए नाले रोटी खाइए रोटी आपां अज सच ते वीरे ने साडे लई ना ओह मंगवाया सीगा की रैप रैप ते ओह बहुत स्वाद सी है हैना मन्ने आपां गए सीगे गढ़शंकर दादी हुण हुण बाद चो कमेंट देखियो किद्दां आणे हां तुसीं दस्सिया नहीं गढ़शंकर ते नवां शहर दे दो थां बदे आ पहला सानू लगा सी कि नवां शहर ही बनाउणे आ मेन दसो बंदा कि उतर कि चढ़ूगा आए हाए ठीक है ठीक है मम्मी गाला तो बचन मारे ने हां की बना लिया है सारी बाह काली कर रहे ना ना इधर की किया मैं आज की लिखा लेजेंड 295 पता कौन है कौन है पता ये जेड़ा सिद्धू मूसे वाले का गाना सी कहो चंगी तरह देखो ये भी देखो मेरे किया मेरे तो कुछ है ही नहीं हां दिखा जेड़ा दिखा के ले गई आवाज बनाया मैं मेरे तो तेन मैं कह पहले फटा दे जिदा हाडी कड़ाही है ना ओदा ही यही आनू रंग नी करना इन रंग नी करा अपा एदा ही लाना ठंडी हवा पे
हम बनाएंगे मैगी। वधिया लगे टैटू तो कमेंट करके जरूर दस्यो तुहानू टैटू किदां दे लगे। तो एक काम जरूरी करियो यार, सारे जने चैनल नू सबसक्राइब कर लियो ते वीडियो नू लाइक करिया करो। जिन्ने कि जने वीडियो देखदे तुसीं तां लाइक करिया करो, जिन्ने कि लाइक नू वधदे आ वीडियो नू उन्ना कि वधिया रिस्पोंस मिलदा। सानू प्लीज़ रिक्वेस्ट आ सारे जने लाइक करियो, तो जिन्हां ने नहीं सबसक्राइब कीता सबसक्राइब करियो, तो जरूर एक कमेंट भी करियो। बाय बाय टाटा, तो मिलदे नू तुहानू आपां अगली वीडियो दे विच। बाय।